ਬਠਿੰਡਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਮੈਂਬਰ ਕਾਬੂ ਕੀਤੇ। ਪੁਲਿਸ ਨੇ ਮੁਲਜ਼ਮਾਂ ਤੋਂ 10 ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਨੇ। ਉੱਤਰ ਪ੍ਰਦੇਸ਼ ਤੋਂ ਹਥਿਆਰ ਲੈ ਕੇ ਦਰਅਸਲ ਇਹ ਮੁਲਜ਼ਮ ਆਏ ਸਨ, ਪੁਲਿਸ ਨੇ ਦੱਸਿਆ। ਪੁਲਿਸ ਦਾ ਦਾਅਵਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਇਹ ਮੁਲਜ਼ਮ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਇੱਕ ਸਾਥੀ ਫਰਾਰ ਹੋਣ ਚ ਕਾਮਯਾਬ ਹੋ ਗਿਆ। ਹਾਲਾਂਕਿ ਬਠਿੰਡਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਮੈਂਬਰ ਕਾਬੂ ਕੀਤੇ। ਪੁਲਿਸ ਨੇ ਮੁਲਜ਼ਮਾਂ ਤੋਂ 10 ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਨੇ। ਪੁਲਿਸ ਮੁਤਾਬਕ ਉੱਤਰ ਪ੍ਰਦੇਸ਼ ਤੋਂ ਹਥਿਆਰ ਲੈ ਕੇ ਇਹ ਮੁਲਜ਼ਮ ਆਏ ਸਨ। ਪੁਲਿਸ ਦਾ ਦਾਅਵਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਇਹ ਮੁਲਜ਼ਮ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਇੱਕ ਸਾਥੀ ਫਰਾਰ ਹੋਣ ਚ ਕਾਮਯਾਬ ਹਾਲਾਂਕਿ ਹੋ ਗਿਆ। ਵੱਡੀ ਖਬਰ ਬਠਿੰਡਾ ਤੋਂ ਤੁਹਾਨੂੰ ਦੱਸ ਰਿਹਾ। ਬਠਿੰਡਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਮੈਂਬਰ ਕਾਬੂ ਕੀਤੇ ਨੇ। ਪੁਲਿਸ ਨੇ ਮੁਲਜ਼ਮਾਂ ਤੋਂ 10 ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ। ਉੱਤਰ ਪ੍ਰਦੇਸ਼ ਤੋਂ ਹਥਿਆਰ ਲੈ ਕੇ ਦਰਅਸਲ ਇਹ ਮੁਲਜ਼ਮ ਆਏ ਸਨ। ਪੁਲਿਸ ਮੁਤਾਬਕ ਪੁਲਿਸ ਦਾ ਦਾਅਵਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਮੁਲਜ਼ਮ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਇੱਕ ਸਾਥੀ ਫਰਾਰ ਹੋਣ ਚ ਕਾਮਯਾਬ ਹੋਇਆ। ਤਸਵੀਰਾਂ ਦੇਖਿਆ ਜਾ ਸਕਦਾ ਹੈ, ਪੁਲਿਸ ਨੇ ਮੁਲਜ਼ਮਾਂ ਤੋਂ 10 ਨਜਾਇਜ਼ ਹਥਿਆਰ ਬਰਾਮਦ ਕੀਤੇ ਨੇ। ਪੁਲਿਸ ਮੁਤਾਬਕ ਉੱਤਰ ਪ੍ਰਦੇਸ਼ ਤੋਂ ਹਥਿਆਰ ਲੈ ਕੇ ਮੁਲਜ਼ਮ ਆਏ ਸਨ ਔਰ ਪੁਲਿਸ ਦਾ ਦਾਅਵਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਇਹ ਮੁਲਜ਼ਮ। ਬਠਿੰਡਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਮੈਂਬਰ ਕਾਬੂ ਕੀਤੇ ਨੇ। ਪੁਲਿਸ ਨੇ ਮੁਲਜ਼ਮਾਂ ਤੋਂ 10 ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਨੇ। ਪੁਲਿਸ ਮੁਤਾਬਕ ਉੱਤਰ ਪ੍ਰਦੇਸ਼ ਤੋਂ ਹਥਿਆਰ ਲੈ ਕੇ ਇਹ ਮੁਲਜ਼ਮ ਆਏ ਸਨ ਔਰ ਪੁਲਿਸ ਦਾ ਦਾਅਵਾ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਇਹ ਮੁਲਜ਼ਮ। ਬਠਿੰਡਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਸਾਡੇ ਇੰਸਪੈਕਟਰ CIA ਮਿਸਟਰ ਤਰਜਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਫੋਕਲ ਪੁਆਇੰਟ ਏਰੀਏ ਦੇ ਵਿੱਚ ਉੱਥੇ ਬੈਠੇ ਹੋਏ ਹੈ ਅਤੇ ਉਹ ਕਿਸੇ ਵਾਰਦਾਤ ਕਰਨ ਦੀ ਤਾਕਤ 'ਚ ਹੈ ਅਤੇ ਉਹਨਾਂ ਕੋਲ ਵੱਡੀ ਤਾਦਾਦ ਦੇ ਵਿੱਚ ਅਸਲਾ ਵੀ ਹੈ ਅਤੇ ਉਹ ਅਸੀਂ ਇਹਨਾਂ ਨੇ ਰੇਡ ਕਰਕੇ ਉਹ ਬੰਦੇ ਫੜੇ ਆ ਉੱਧਰ ਨਾਕਾ ਲਗਾ ਕੇ ਅਤੇ ਜਦੋਂ ਬੰਦੇ ਅਸੀਂ 4 ਤਾਂ ਅਰੈਸਟ ਕਰ ਲਿਆ ਅਤੇ ਇੱਕ ਦੋਸ਼ੀ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ। ਉਹਨਾਂ ਕੋਲੋਂ ਹੁਣ ਤੱਕ ਕੁੱਲ ਪਹਿਲਾਂ ਤਾਂ 4 ਵੈਪਨ ਫੜੇ ਸੀ, 6 ਫਿਰ ਜਿਹੜਾ ਇੱਕ ਮੇਨ ਦੋਸ਼ੀ ਹੈ ਇਹਦਾ ਨਾਮ ਹੈ ਸਮਨਦੀਪ ਸਿੰਘ, ਉਹਦੇ ਕੋਲੋਂ 6 ਵੈਪਨ ਉਹਦੇ ਘਰੋਂ ਵੀ ਬਰਾਮਦ ਕੀਤੇ ਹੈ। ਇਹ ਜਿਹੜੇ ਵੈਪਨ, ਇਹ ਜਿਹੜੇ ਗੈਂਗ ਹੈ, ਇਹ ਸਾਰੇ ਵੈਪਨ UP ਤੋਂ ਲੈ ਕੇ ਆਉਂਦੇ ਸੀ ਅਤੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਅਤੇ ਇਹਨਾਂ ਤੋਂ ਹੋਰ ਵੀ ਬੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਕਈ ਇਹਨਾਂ ਨੇ ਵਾਰਦਾਤਾਂ ਵੀ ਕੀਤੀਆਂ। ਜਿਹੜਾ ਸਮਨਦੀਪ ਮੇਨ ਬੰਦਾ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਦਾ ਹੈ। 2022 ਦੇ ਚੋਣ ਮੁਕਾਬਲੇ ਦੀ ਸ਼ੁਰੂ ਹੋ ਚੁੱਕੀ ਹੈ ਜੰਗ, ਹੁਣ ਹੈ ਤੁਹਾਡੀ ਵਾਰੀ। ਸਰਕਾਰ ਦੀ ਖਤਮ ਹੋਈ ਪਾਰੀ, ਪੁੱਛਾਂਗੇ ਤੁਹਾਡੇ ਸਵਾਲ। ਇਹਨੇ ਸਾਲ ਕਿੱਥੇ ਰਹੀ ਸਰਕਾਰ? ਮੁਫਤ ਬਿਜਲੀ, ਮੁਫਤ ਸਹੂਲਤਾਂ, ਵਪਾਰ ਲਈ ਨਵਾਂ ਕੀ, ਉਦਯੋਗ ਨੂੰ ਕਿਵੇਂ ਆਏਗਾ ਸਾਥ? ਨੌਜਵਾਨਾਂ ਦੀ ਵੀ ਪਾਵਾਂਗੇ ਬਾਤ, ਖਬਰ ਹਰ ਪਲ, ਦਿਨ ਹੋਵੇ ਜਾਂ ਰਾਤ, ਜਨਤਾ ਕਰੇਗੀ ਤੈਅ। ਪਹਿਲੇ ਦਿਨ ਤੋਂ ਨਤੀਜਿਆਂ ਤੱਕ ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। 2022 ਕਿਸ ਦਾ ਪੰਜਾਬ।